ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੇ ਲੈ ਕੇ ਹਾਜ਼ਰ ਆ ਇਸ ਵੇਲੇ ਦੀ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਹੀ ਜ਼ਿਆਦਾ ਚਰਚਿਤ ਅਪਡੇਟ ਜੋ ਕਿ ਹੈ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਕਭੀ ਈਦ ਕਭੀ ਦੀਵਾਲੀ ਬਾਰੇ। ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਫਿਲਮ ਇਸ ਸਾਲ ਦਸੰਬਰ ਮਹੀਨੇ ਰਿਲੀਜ਼ ਹੋਣ ਵਾਲੀ ਹੈ, ਲੇਕਿਨ ਇਸ ਫਿਲਮ ਦੀ ਸਟਾਰ ਕਾਸਟ ਹਰ ਟਾਈਮ ਕੁਛ ਨਾ ਕੁਛ ਕਰਦੀ ਰਹਿੰਦੀ ਹੈ। ਇਸ ਫਿਲਮ ਦੀ ਸਟਾਰ ਕਾਸਟ ਦੇ ਵਿੱਚ ਬਦਲਾਵ ਵੀ ਆ ਗਏ ਨੇ। ਇਸ ਫਿਲਮ ਦੇ ਵਿੱਚ ਪਹਿਲਾਂ ਸਲਮਾਨ ਖਾਨ ਦੇ ਨਾਲ ਆਯੁਸ਼ ਸ਼ਰਮਾ ਅਤੇ ਜ਼ਹੀਰ ਇਕਬਾਲ ਨਜ਼ਰ ਆਉਣ ਵਾਲੇ ਸੀ, ਲੇਕਿਨ ਹੁਣ ਜ਼ਹੀਰ ਇਕਬਾਲ ਅਤੇ ਆਯੁਸ਼ ਸ਼ਰਮਾ ਨੂੰ ਰਿਪਲੇਸ ਕਰ ਦਿੱਤਾ ਹੈ ਪੰਜਾਬੀ ਮੁੰਡੇ ਜੱਸੀ ਗਿੱਲ ਨੇ। ਅਤੇ ਜੱਸੀ ਗਿੱਲ ਦੇ ਨਾਲ ਇਸ ਫਿਲਮ ਦੇ ਵਿੱਚ ਤੁਹਾਨੂੰ ਸਿਧਾਰਥ ਨਿਗਮ ਕੰਮ ਕਰਦੇ ਨਜ਼ਰ ਆਉਣਗੇ। ਬਈ ਇਸ ਵੇਲੇ ਦੀ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਅਤੇ ਚਰਚਿਤ ਖਬਰ ਹੈਗੀ ਹੈ ਕਿ ਜੱਸੀ ਗਿੱਲ ਨੂੰ ਇਸ ਫਿਲਮ ਦੇ ਲਈ ਸਲਮਾਨ ਖਾਨ ਦੀ ਟੀਮ ਵੱਲੋਂ ਚੂਜ਼ ਕਰ ਲਿੱਤਾ ਗਿਆ ਹੈ। ਵੈਲ, ਕਭੀ ਈਦ ਕਭੀ ਦੀਵਾਲੀ ਫਿਲਮ ਉਸ ਟਾਈਮ ਤੋਂ ਹੀ ਚਰਚਾ ਦੇ ਵਿੱਚ ਆ ਗਈ ਸੀ ਜਦ ਇਸ ਫਿਲਮ ਦੇ ਵਿੱਚ ਸ਼ਹਿਨਾਜ਼ ਗਿੱਲ ਦਾ ਨਾਮ ਫਾਈਨਲ ਕਰ ਲਿੱਤਾ ਗਿਆ ਸੀ। ਡਾਇਰੈਕਟਰ ਫਰਹਾਦ ਸਾਮਜੀ ਇਸ ਫਿਲਮ ਦੇ ਵਿੱਚ ਸਲਮਾਨ ਖਾਨ ਦੇ ਨਾਲ ਪੂਜਾ ਹੇਗੜੇ, ਵੈਂਕਟੇਸ਼, ਸ਼ਹਿਨਾਜ਼ ਗਿੱਲ ਅਤੇ ਰਾਘਵ ਦੇ ਨਾਲ ਨਾਲ ਹੁਣ ਜੱਸੀ ਗਿੱਲ ਅਤੇ ਸਿਧਾਰਥ ਨਿਗਮ ਨੂੰ ਵੀ ਸਰੋਤਿਆਂ ਤੱਕ ਪਹੁੰਚਾਉਣਗੇ। ਸੋ ਸ਼ਹਿਨਾਜ਼ ਗਿੱਲ ਅਤੇ ਸਲਮਾਨ ਖਾਨ ਦੀ ਕੈਮਿਸਟਰੀ ਨਾਲ ਤਾਂ ਅਸੀਂ ਸਭ ਵਾਕਿਫ ਹੀ ਹਾਂ ਕਿਵੇਂ ਹੁਣ ਹਾਲ ਹੀ ਦੇ ਵਿੱਚ ਵੀ ਸ਼ਹਿਨਾਜ਼ ਅਤੇ ਸਲਮਾਨ ਦੀਆਂ ਨਜ਼ਦੀਕੀਆਂ ਲੋਕਾਂ ਨੇ ਦੇਖੀਆਂ, ਲੋਕਾਂ ਨੂੰ ਸਲਮਾਨ ਅਤੇ ਸ਼ਹਿਨਾਜ਼ ਦਾ ਇੱਕ ਤਰ੍ਹਾਂ ਦਾ ਜਿਹੜਾ ਬੌਂਡ ਹੈਗਾ ਉਹ ਵੀ ਬਹੁਤ ਜ਼ਿਆਦਾ ਪਸੰਦ ਆਇਆ। ਸੋ ਤੁਹਾਨੂੰ ਦੱਸ ਦੇਵਾਂ ਕਿ ਜੱਸੀ ਗਿੱਲ ਨੇ ਪਹਿਲਾਂ ਕੰਗਨਾ ਰਣੌਤ ਨਾਲ ਬਾਲੀਵੁੱਡ ਫਿਲਮ ਕੀਤੀ ਹੈ, ਸੁਰਭੀ ਜੋਤੀ ਨਾਲ ਉਹਨਾਂ ਨੇ ਬਾਲੀਵੁੱਡ ਫਿਲਮਸ ਵਿੱਚ ਕੰਮ ਕੀਤਾ ਹੈ, ਲੇਕਿਨ ਸਲਮਾਨ ਖਾਨ ਦੇ ਨਾਲ ਹੁਣ ਪਹਿਲੀ ਵਾਰ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ ਜੱਸੀ ਗਿੱਲ। ਜੱਸੀ ਗਿੱਲ ਨੇ ਬਾਲੀਵੁੱਡ ਦੇ ਵਿੱਚ ਜਿੰਨੀਆਂ ਵੀ ਫਿਲਮਾਂ ਕੀਤੀਆਂ ਨੇ ਲੋਕਾਂ ਨੇ ਸਭ ਨੂੰ ਪਸੰਦ ਕੀਤਾ ਹੈ, ਪਰ ਹੁਣ ਜ਼ਿਆਦਾ ਕਰਿਓਸਿਟੀ ਲੋਕਾਂ ਨੂੰ ਸਲਮਾਨ ਖਾਨ ਦੇ ਨਾਲ ਜੱਸੀ ਗਿੱਲ ਨੂੰ ਦੇਖਣ ਦੀ ਹੋ ਗਈ ਹੈ। ਸੋ ਵੈਲ, ਪੰਜਾਬ ਦੇ ਲੋਕ ਜੱਸੀ ਗਿੱਲ ਨੂੰ ਬਾਲੀਵੁੱਡ ਫਿਲਮਸ ਦੇ ਵਿੱਚ ਸਲਮਾਨ ਖਾਨ ਦੇ ਨਾਲ ਦੇਖਣ ਲਈ ਕਿੰਨੇ ਕੁ ਐਕਸਾਈਟਿਡ ਨੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਵੈਲ, ਸਲਮਾਨ ਖਾਨ ਇਸ ਫਿਲਮ ਦੇ ਲਈ ਉਸ ਟਾਈਮ ਤੋਂ ਹੀ ਚਰਚਾ ਦੇ ਵਿੱਚ ਨੇ ਜਦੋਂ ਇਸ ਦਾ ਨਾਮ ਫਾਈਨਲ ਕੀਤਾ ਗਿਆ ਸੀ, ਕਿਉਂਕਿ ਅਸੀਂ ਸਭ ਜਾਣਦੇ ਹੀ ਹਾਂ ਕਿ ਖਾਨਜ਼ ਨੇ ਦੀਵਾਲੀ ਅਤੇ ਈਦ ਬੁੱਕ ਕੀਤੀ ਹੁੰਦੀ ਹੈ ਔਰ ਹਰ ਸਾਲ ਦਸੰਬਰ ਅਤੇ ਨਵੰਬਰ ਦੇ ਮਹੀਨੇ ਬਹੁਤ ਸਾਰੀਆਂ ਫਿਲਮਸ ਆਉਂਦੀਆਂ ਨੇ ਜਿਹਦੇ ਵਿੱਚ ਸਲਮਾਨ ਖਾਨ ਦੇ ਫਿਲਮਸ ਰਹਿੰਦੀਆਂ ਨੇ। ਸੋ ਕਭੀ ਈਦ ਕਭੀ ਦੀਵਾਲੀ ਦੇ ਉੱਪਰ ਇਹ ਫਿਲਮ ਹੀ ਬਣਨ ਜਾ ਰਹੀ ਹੈਗੀ ਹੈ, ਸੋ ਹੁਣ ਦੀਵਾਲੀ ਅਤੇ ਈਦ ਦੋਨੋਂ ਹੀ ਸਲਮਾਨ ਨੇ ਬੁੱਕ ਕਰ ਲਈਆਂ ਨੇ। ਸੋ ਤੁਸੀਂ ਕਿੰਨੇ ਐਕਸਾਈਟਿਡ ਹੋ ਇਸ ਫਿਲਮ ਨੂੰ ਲੈ ਕੇ ਸਲਮਾਨ ਖਾਨ ਦੀ ਨੂੰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਅੱਜ ਵੀ ਇੰਨਾ ਹੀ, ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ ਕੁਛ ਨਵੀਆਂ ਅਪਡੇਟਸ ਦੇ ਨਾਲ। ਸ਼ਹਿਨਾਜ਼ ਗਿੱਲ ਦੀ ਜ਼ਿੰਦਗੀ ਦੇ ਨਾਲ ਸਾਰੀਆਂ ਜਾਣਕਾਰੀਆਂ ਜਿਹੜੀਆਂ ਤੁਸੀਂ ਲੈਣਾ ਚਾਹੁੰਦੇ ਹੋ, ਤੁਹਾਨੂੰ ਪਸੰਦ ਹੈ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਸੀਂ ਟਾਈਮਲੀ ਸ਼ਹਿਨਾਜ਼ ਦੀ ਜ਼ਿੰਦਗੀ ਨਾਲ ਜੁੜੀਆਂ ਸਾਰੀਆਂ ਖਬਰਾਂ ਤੁਹਾਨੂੰ ਪਹੁੰਚਾਉਂਦੇ ਰਹੀਏ।